ਲੋਕ ਸਭਾ ਦੇ ਸਪੀਕਰ ਓਮ ਬਿਰਲਾ ਜਨੇਵਾ ਨੇ ਦੇ ਵਿੱਚ ਹੋਣ ਜਾ ਰਹੀ 129 ਅੰਤਰ ਸੰਸਦੀ ਸੰਗ ਦੀ ਸਭਾ ਵਿੱਚ ਪਾਰਲੀਮਾਨੀ ਵਫ਼ਦ ਦੀ ਅਗਵਾਈ ਕਰਨਗੇ। ਲੋਕ ਸਭਾ ਸਪੀਕਰ ਇਸ ਸਮਾਗਮ ਦੌਰਾਨ ਵਿਦੇਸ਼ਾਂਤੀਪੂਰਨ ਅਤੇ ਟਿਕਾਊ ਵਿਕਲੀ ਵਿਗਿਆਨ, ਤਕਨੀਕ ਅਤੇ ਨਵੀਨਤਾ ਦੀ ਵਰਤੋਂ ਵਿਸ਼ੇ ਤੇ ਭਾਸ਼ਣ ਦੇਣਗੇ। ਉਹ ਆਈਪੀਯੂ ਦੀ ਗਵਰਨਿੰਗ ਕੌਂਸਲ ਦੀਆਂ ਬੈਠਕਾਂ ਵਿੱਚ ਭਾਗ ਲੈਣਗੇ ਤੇ ਜਨੇਵਾ ਵਿੱਚ ਭਾਰਤੀ ਪਾਇਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਸਪੀਕਰ ਓਮ ਬਿਰਲਾ ਹੋਣਾ ਦੇਸ਼ਾਂ ਦੇ ਹਮ ਉਹਦਾ ਆਗੂਆਂ ਦੇ ਨਾਲ ਬੈਠਕ ਵੀ ਕਰਨਗੇ